ਸੈਮੀ ਫਾਈਨਲ ਮੈਚ ਪਹਿਲਾਂ ਕਲਸੀਆਂ ਤੇ ਯੋਧਾਂ ਦੀਆਂ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਗਿਆ। ਇਹ ਤਾਂ ਕਹਿੰਦੇ ਉਹ ਗੱਲ ਹੋ ਗਈ ਹੈ ਵੀ ਦੋਨੋਂ ਟੀਮਾਂ ਚੋਟੀ ਦੀਆਂ ਮਲਾਈ ਪੁੱਜੀ ਹੋਈ ਹੈ, ਦੋਨੋਂ ਕਰੀਮ ਕਹਿੰਦੇ ਦੋਨਾਂ ਟੀਮਾਂ ਦੇ ਖਿਡਾਰੀਆਂ ਦੀ ਕਿ ਚਿੱਪ ਕੱਢ ਕੇ ਕਿੱਲ ਕੱਢ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ, ਰਾਜੇ ਖੇਲੇ ਅੱਤ ਦਾ ਵੀ ਸ਼ਿਰਾ ਹੋ ਗਿਆ, ਝੜਕੀ ਸਰੀਰਾਂ ਵਾਲੀ ਕੰਢ ਮਿੱਤਰੋ, ਝੜਕੀ ਸਰੀਰਾਂ ਵਾਲੀ ਕੰਢ ਮਿੱਤਰੋ। ਬਾਈ ਕਲੱਬਾਂ ਨੇ ਵੀਹ ਦਿੰਦੇ ਦੀ, ਇਹ ਤਾਂ ਮੈਂ ਇਹਨਾਂ ਨੂੰ ਬਾਈਆਂ ਨੂੰ ਕਿਹਾ, ਮੈਂ ਕਿਹਾ ਯਾਰ ਘਟਾ ਲਓ, ਜ਼ੋਰ ਹੋਇਆ ਪਹਿਲੇ ਮੈਚਾਂ 'ਚ, ਖੇਡ ਲਓ 17.5-17 'ਤੇ ਕੋਈ ਚੱਕਰ ਨਹੀਂ। ਓਕੇ ਜੀ, ਮੈਚ ਚਲਾ ਦਿਓ ਜੀ, ਸ਼ੁਰੂ ਕਰਵਾ ਦਿਓ। ਧੰਨਵਾਦ, ਸਾਡੇ ਕਲੱਬ ਵਾਲੇ ਵੀਰ ਮੰਨਦੇ ਨੇ ਗੱਲ ਨੂੰ, ਧੰਨਵਾਦ ਆ, ਕਿਉਂਕਿ ਵਾਧੂ ਖਿਲਾੜੀ ਕੋਈ ਨਾ ਗਰਾਊਂਡ ਦੇ ਵਿੱਚ ਹੋਵੇ। ਐਨ ਲੈ ਵੀ ਰਾਜ ਮੇਹਰ ਸਿੰਘ ਵਾਲਿਆ ਤਕੜਾ ਮੈਚ ਫਿਰੋਜ਼ਪੁਰੀ ਹੈ, ਤੇ ਤੁਹਾਡਾ ਵੀਰ ਕਹਿੰਦੇ ਵੱਡਾ ਮਾਣ ਆ ਸਾਰੇ ਭਰਾਵਾਂ ਦਾ, ਧੰਨਵਾਦ ਸਤਪਾਲ ਖੇਰਾਂ ਦਾ। ਲਾਇਕ ਬੰਨੇ ਕਲਸੀਆਂ ਦੀ ਟੀਮ ਮੇਰੇ ਖੱਬੇ ਹੱਥ ਆ, ਤੇ ਦੂਜੇ ਬੰਨੇ ਯੋਧਾ ਮੋਹਣੇ ਸਿਆਟਲ ਵਾਲ ਦਾ ਪਿੰਡ ਆ ਯੋਧਾ, ਸੰਦੀਪ ਗੁਰਨੇ ਹੋਣੀ, ਬਰੈਡੀ ਗਿੱਲ ਹੋਣੀ ਤੇ ਪਿੱਟੂ ਅੱਜਰਵਾਲ, ਬਲਜੀਤ ਭੁੱਲਰ ਹੋਣੀ ਤੇ ਨਾਲ ਕਹਿੰਦੇ ਵਰਿੰਦਰ ਬਿੰਦੀ ਹੋਣੀ, ਜਿਨ੍ਹਾਂ ਦਾ ਫਰੀਕੇ ਪਿੰਡ ਆ। ਪਹਿਲੀ ਕਬੱਡੀ ਖੇਡ ਮੈਦਾਨ ਵਿੱਚ ਪੈ ਚੁੱਕੀ, ਇਧਰਲੇ ਪਾਸੇ ਮੰਦਰ ਨੇ ਪਹਿਲੀ ਕਬੱਡੀ ਪੰਧ ਦੀ ਯੋਧਾ ਵੱਲੋਂ ਪੈ ਚੁੱਕੀ ਹੈ। ਚਾਰ ਯਾਕਿਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ, ਤੇ ਉਧਰਲੇ ਪਾਸੇ ਪਿੱਟੂ ਤਗਾਲ ਵਾਲਾ ਕਰਦਾ ਹੋਇਆ ਟਰਾਈ, ਤੇ ਪਹਿਲਾ ਡੇਢ ਪੁਆਇੰਟ ਯੋਧਾ ਦੀ ਟੀਮ ਦੇ ਖਾਤੇ ਜੁੜ ਗਿਆ ਹੈ। ਚੱਲ ਵੀ ਲੱਡੂ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਦੇ ਹੈ, ਇਧਰਲੇ ਪਾਸੇ ਲੱਡੂ ਨੌਜਵਾਨ ਤੁਗਾਲ ਵਾਲਾ ਅਗਲੀ ਕਬੱਡੀ ਪਾਉਣ ਦਾ ਹੀ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ, ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ। ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ, ਫਿੱਟੂ ਸੱਭੇ ਵਾਂਗੂ ਪਾ ਦਿਓ ਕਬੱਡੀਆਂ, ਜਿੱਤਣ ਨੀ ਦੇਣੇ ਕੋਈ ਹੋਰ ਮਿੱਤਰੋ। ਆਓ ਸਾਹਮਣੇ ਸਾਹਮਣੇ ਪਏ ਕਪਕੀ ਨੇ ਚੁੰਮਣੇ, ਲਾ ਕੇ ਟੋਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਉੱਧਰਲੇ ਪਾਸੇ ਫੁੱਲਾਂ ਫਿਰੋਜ਼ਪੁਰੀਏ ਦੇ ਲਈ, ਮੁੰਡਿਆਂ ਦੇ ਮੁੰਡਿਆਂ ਫਿਰੋਜ਼ਪੁਰੀਆ, ਤੇਰੇ ਨੈਣਾ 'ਚ ਸ਼ਰਾਰਤ ਨੱਚਦੀ ਹੈ, ਤੇਰੇ ਫੁੱਲੀਆਂ ਦੇ ਸ਼ਰਾਰਤ ਹੱਸਦੀ ਹੈ। ਇਹ ਆ ਫੁੱਲਾਂ ਸ਼ੁਸ਼ਕ ਵਾਲਾ ਐਨ ਸਰਕੜੀ ਆਫੀ ਚਿੱਤਕੜੀ ਆਫੀ ਆ ਮੇਰੇ ਵੀਰੋ। ਫੁੱਲੇ ਸ਼ੁਸ਼ਕ ਵਾਲ ਨੇ ਕਹਿੰਦੇ ਤਕੜਾ ਜੱਫਾ ਲਾਇਆ ਫਿਰੋਜ਼ਪੁਰੀਏ ਨੇ। ਇੰਦਰ ਇੱਧਰੋਂ ਕਰਸੀਆਂ ਦੀ ਟੀਮ ਦੇ ਜਿੰਨੇ ਜਾਫੀ ਜੱਫੇ ਲਾਓ, ਪੱਪੀ ਫੁੱਲਾਂ ਵਾਲੀ ਹੈ ਕਹਿੰਦਾ ਵੀ ਉਹਨੇ 100-100 ਦੇ ਮਾਨ ਹੋਣਗੇ। ਲਓ ਸਾਹਮਣੇ ਨਾਟ ਝੋਟ ਕੁਲਵੀਰ ਸਿੰਘ ਨੂਰਪੁਰੇ ਵਾਲਾ ਮੇਰੇ ਵੀਰੇ, ਅਗਲੀ ਰੇਡ ਪਾਉਣ ਲਈ ਕਹਿੰਦੇ ਸ਼ੀਰੇ ਪੋਪਾ ਰਵੇ ਦਾ ਛੋਟਾ ਵੀਰ ਸ਼ਿੰਦਾ ਮੇਰੇ ਵੀਰੇ, ਕਬੱਡੀ ਪਾਉਣ ਲਈ ਕਹਿੰਦੇ ਮੈਦਾਨ ਦੇ ਵਿੱਚ ਰਾਏਕੋਟ ਸ਼ਹਿਰ ਦੀ ਲਾਗੇ ਕਰਕੇ ਪੋਪਾ ਰਾਏ ਪਿੰਡ ਇਸ ਖਿਡਾਰੀ ਦਾ। ਲਓ ਸਾਹਮਣੇ ਚਾਰ ਜਾਫੀ, ਹੁਣ ਸ਼ੁਸ਼ਕ ਵਾਲਾ ਜਾਂ ਜਨੇਦਪੁਰੇ ਵਾਲਾ ਜਾਂ ਫਿਰ ਕਿੰਦੀ, ਹੁਣ ਕਿਹੜਾ ਖਿਡਾਰੀ ਵੱਲ ਕੇ ਟਰਾਈ ਕਰਦਾ। ਲਓ ਜਨੇਦਪੁਰੇ ਵਾਲਾ ਤੇ ਪੁਆਇੰਟ ਸ਼ਿੰਦਾ ਆਪਣੀ ਟੀਮ ਦੇ ਲਈ ਜੋਰ ਆਇਆ ਮੰਦਰ ਦੀ ਰੇਡ ਤੇ ਫਿਰੋਜ਼ਪੁਰੀਆ ਗੱਲ ਕਰਦਾ। ਲਓ ਇਧਰਲੇ ਪਾਸੇ ਮੰਦਰ ਨੌਜਵਾਨ ਅਗਲੀ ਕਬੱਡੀ ਪਾਉਣ ਲਈ ਵਾਧਾ ਹੋਇਆ ਹੈ। ਉਧਰਲੇ ਪਾਸੇ ਦੇਖਦੇ ਪਿੱਟੂ ਦੁਕਾਨ ਵਾਲੇ ਵੀ ਕੰਨ ਦੇ ਵਿੱਚ ਘੁਸਰ ਘੁਸਰ ਜੇ ਕਰ ਦਿੱਤੀ ਹੈ। ਲਓ ਦੇਖਾਂਗੇ ਨਾਲ ਨੌਜਵਾਨ ਇੱਕ ਪਾਸੇ, ਲਓ ਜੋਂਟੀ ਨੌਜਵਾਨ ਤੇ ਨਾਲ ਦੇਖਦੇ ਵੀ ਘੋੜਾ ਪਿਆ ਦਿਖਦੇ ਉਧਰਲੇ ਪਾਸੇ ਜੋਂਟੀ ਦੇ ਨਾਲ ਹੱਥ ਜੋੜੀਆਂ ਹੋ ਚੁੱਕੀਆਂ ਹੈ। ਲਓ ਹੋ ਗਈ ਬੱਲੇ ਬੱਲੇ ਐਨ ਹੌਸਲਾ, ਪਰ ਆ ਆ ਇੱਥੇ ਰਾਹ ਨੌਜਵਾਨ ਐਨ ਸਵਾਦ ਕਬੱਡੀ ਦਾ, ਆਇਨ ਸਵਾਦ ਕਬੱਡੀ ਦਾ। ਓ ਜੀਰੂ ਜੀਰੂ ਜੱਫਾ ਚੰਗਾ ਲੱਗਿਆ ਤਾੜੀ ਜ਼ੋਰਦਾਰ। ਲਓ ਲੱਡੂ ਦੀ ਕਬੱਡੀ ਆ, ਪੱਪੀ ਫੁੱਲਾਂ ਵਾਲੀਆਂ ਵੀ ਭੰਗੜੇ ਪਾ ਗਿਆ ਕਹਿੰਦਾ ਜੱਫੇ ਦਾ ਸੌ ਆ। ਲਓ ਖੇਡ ਮੈਦਾਨ ਦੇ ਵਿੱਚ ਲੱਡੂ ਦੁਗਾਲ ਵਾਲਾ ਪਾਤਰਾਂ ਦੇ ਏਰੀਏ ਦਾ, ਇੱਥੋਂ ਕਹਿੰਦੇ ਮਰੇਲ ਕੋਲਾ, ਮਰੇਲ ਕੋਲੇ ਤੋਂ ਧੂਰੀ ਸੰਗਰੂਰ, ਸੰਗਰੂਰ ਤੋਂ ਕਹਿੰਦੇ ਦਿੜਵਾ, ਦਿੜਵੇ ਤੋਂ ਪਾਤਰਾ, ਨਾਲ ਕਹਿੰਦੇ ਦੁਗਾਲ ਆ, ਜ਼ਿਲ੍ਹਾ ਪਟਿਆਲੇ ਦਾ ਕਹਿੰਦੇ ਆਖਰੀ ਪਿੰਡ ਬਣ ਜਾਂਦਾ। ਤਾਂ ਖੇਡ ਮੈਦਾਨ ਦੇ ਵਿੱਚ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਪਿੰਡ ਮੇਰੇ ਵੀਰੋ। ਨਾਟ ਦੀ ਪੈਸੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਲਓ ਚਾਰ ਯਾਸਿਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ, ਕਿ ਪਤਾ ਪੰਗੇ ਪਏ ਤੋਂ ਲੱਗਦਾ ਕਿਹੜਾ ਰੇਡ ਬਰੋਬਰ ਕਰਦਾ, ਪਤਾ ਲੱਗ ਜੂ ਤੇ ਸੀ ਘਿਓ ਵਿੱਚ ਖਾਧੀਆਂ ਚੂੜੀਆਂ ਦਾ, ਇਹ ਕਿੰਨਾ ਪੀਤੀ ਪਿਆਰ ਤੇ ਕਿੰਨਾ ਦੁੱਧ ਚੁੰਘਿਆ ਪੂਰੀਆਂ ਦਾ। ਲਓ ਸਿੱਧੂ ਸੁਗਾਲ ਤੇ ਨਾਟ ਝੋਟ, ਆਹ ਦੇਖਦੇ ਵੀ ਪੁਆਇੰਟ ਜਿਹੜਾ ਯੋਧਾ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਹੈ। ਚੱਲ ਵੀ ਛਿੰਦਿਆ ਨੌਜਵਾਨਾਂ ਪਾ ਅਗਲੀ ਕਬੱਡੀ, ਤੇ ਬਾਰੀ ਖੋਲ ਕੇ ਤੇ ਬੈਗਰੂ ਖੋਲ ਕੇ ਨਿਸ਼ੀਡੀ ਉੱਤੇ ਪਹਿਲਾਂ ਬਲ ਗਏ, ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ, ਬਾਬਿਆਂ ਦੇ ਚੱਲ ਚੱਲੀਏ, ਨਵਾਂ ਲੈ ਲਿਆ ਟਰੱਕ ਛਿੰਦੇ ਯਾਰ ਨੇ, ਬਾਬਿਆਂ ਦੇ ਚੱਲ ਚੱਲੀਏ। ਕਰਸੀਆਂ ਦੀ ਟੀਮ ਦੇ ਜਿੰਨੇ ਜਾਫੀ ਜੱਫੇ ਲਾਉਣ,
ਪੱਪੀ ਫੁੱਲਾਂ ਵਾਲੀਆਂ ਕਾਕਾ ਨੰਬਰ ਦਾ ਤੋਲੋ ਵਾਲੇ ਪੀਤੇ ਸੂਸਕ ਵਾਲਾ ਤੇ ਪੁਆਇੰਟ ਕਰੇ ਕਲਸੀਆਂ ਦੀ ਟੀਮ ਦਾ ਕੁਲਵੀਰ ਸਿੰਘ ਛੋਟਾ ਨਾਲ ਜੋੜ ਕੇ ਨੇ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਆਇਆ ਪੂਰੀ ਤਿਆਰੀ ਦੇ ਨਾਲ ਐਨ ਕੇ ਨੇ ਤਕੜਾ ਮੁਕਾਬਲਾ ਨਵੀਂ ਦੁਗਾਲ ਵਾਲਿਆ ਤੁਹਾਨੂੰ ਬੜੀ ਦੂਰ ਤੋਂ ਬੁਲਾਇਆ ਕਲਸੀਆਂ ਵਾਲਿਆਂ ਨੇ ਰਾਜਿਆ ਗੱਲਾਂ ਹੋਣਗੀਆਂ ਜੌਂਟੀ ਤੇ ਜੱਗੇ ਦੀਆਂ ਖੇਡ ਮੈਦਾਨ ਦੇ ਵਿੱਚ ਐਨ ਕੇ ਨੇ ਕੁਲਵੀਰ ਦੀ ਪਈ ਸੀ ਰੇਡ ਤੇ ਚਾਰ ਜਾਫੀ ਹੁਣ ਵੇਖਾਂਗੇ ਕੌਣ ਸਿਰਾ ਕਰਵਾਵਾ ਕੌਣ ਹੱਥ ਕਰਵਾਵਾ ਆਓ ਸਾਹਮਣੇ ਪੁਆਇੰਟ ਕਹਿੰਦੇ ਨੌਜਵਾਨ ਕੁਲਵੀਰਾ ਨਾੜ ਝੋਟ ਆਪਣੀ ਟੀਮ ਦੇ ਨਾਲ ਜੋੜ ਰਹੇ ਆ ਥੋੜੀ ਦੁਗਾਲ ਵਾਲੇ ਲੱਡੂ ਦੀ ਰੇਡ ਥੋੜੀ ਸੱਟ ਵਜੀ ਹੈ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਇਹਨਾਂ ਖਿਡਾਰੀਆਂ ਦੇ ਸਿਰ ਦੇ ਉੱਪਰ ਲੱਡੂ ਦੀ ਰੇਡ ਮੇਰੇ ਵੀਰਿਓ ਲੈ ਵੀ ਕਿੰਦੀ ਤੇਰਾ ਇਲਾਕਾ ਅੱਜ ਚਨੇਤਪੁਰੇ ਵਾਲਿਓ ਤੈਨੂੰ ਮਾਣ ਨਾਲ ਸੱਦਿਆ ਸੂਸਕ ਵਾਲਿਓ ਤੈਨੂੰ ਮਾਣ ਨਾਲ ਸੱਦਿਆ ਯੋਧਾ ਵਾਲਿਆਂ ਨੇ ਕਰ ਕੋਈ ਵੱਖਰੀ ਗੱਲ ਲਾਓ ਕਹਿੰਦੇ ਲੱਡੂ ਦੀ ਰੇਡ ਪੈ ਚੁੱਕੀ ਮੈਦਾਨ ਦੇ ਵਿੱਚ ਐਨ ਸਿਰਾ ਲੱਗਿਆ ਪਿਆ ਚਨੇਤਪੁਰੇ ਦੀ ਧਰਤੀ ਦਾ ਆਪਣਾ ਰਾਜ ਗੱਲ ਕਰਦਾ ਵਾਹ ਇਧਰਲੇ ਪਾਸੇ ਦੇਖਦੇ ਵੀ ਲੱਡੂ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਮੰਦਰ ਨੌਜਵਾਨ ਪਾ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਮੰਦਰ ਨੇ ਕਬੱਡੀ ਪਾ ਦਿੱਤੀ ਹੈ ਚਾਰ ਯਾਫਿਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਇਸ ਗੱਭਰੂ ਦਾ ਚੌਹਾਂ ਦੇ ਵਿੱਚੋਂ ਦੇਖਦੇ ਵੀ ਕੌਣ ਡੱਬੂ ਕਿਹੜਾ ਕਰਾਊ ਬੱਲੇ ਬੱਲੇ ਕਿਹੜਾ ਰੱਖੂ ਧਾਣ ਦੇ ਹੱਥ ਪਰ ਇਧਰਲੇ ਪਾਸੇ ਦੇਖਦੇ ਬੱਲੇ ਬੱਲੇ ਪਰ ਆਹ ਦੇਖਦੇ ਵੀ ਪੁਆਇੰਟ ਜਿਹੜਾ ਯੋਧਾ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਘੋੜੇ ਨੇ ਕੀਤੀ ਟਰਾਈ ਤੇ ਮੰਦਰ ਨੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਹੈ ਚੱਲ ਵੀ ਛੁੱਟਿਆ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਚੁੱਕੀ ਹੈ ਕਿ ਬੋਰੀਆਂ ਨਚੋੜੀਆਂ ਤੇ ਰਸੇ ਬੜੇ ਚੜਿਆ ਕਾਰਨੀ ਜੋ ਦੁੱਧ ਪੀਤਾ ਮਲਾਈ ਸਣੇ ਕੜਿਆ ਇਹ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਯੱਥਾਂ ਜਿਹੜੇ 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 ਯਾਫੀ ਨੇ ਲਾ ਦੋ ਸਵਾਲ ਆਉਂਦਾ ਬੀਲੇ ਵਾਲੇ ਤਾੜੀ ਮਾਰ ਦੋ ਖੇਡ ਮੈਦਾਨ ਦੇ ਵਿੱਚ ਸੋਲਾਂ ਨੂੰ ਅੱਗ ਨਿਕਲਦੀ ਆ ਕਹਿੰਦੇ ਦੋਲੋ ਗਲਾਂ ਦੇ ਵਿੱਚ ਪੱਪੀ ਕਹਿੰਦਾ ਦੁਨੀਆਂ ਦੇ ਸਟਾਰ ਪੁੱਜਣਗੇ ਹਰਿਆਣੇ ਪੰਜਾਬ ਦੇ ਨਵੀਂ ਸੁੱਖਿਆ ਦਾਖਾਂ ਵਾਲਿਆ ਇਧਰੋਂ ਕਵੀਰੇ ਦੀ ਰੇਡ ਪੈ ਚੁੱਕੀ ਮੈਦਾਨ ਦੇ ਵਿੱਚ ਚਾਰ ਨੇ ਜੱਗੇ ਵਰਗੇ ਹੁਣ ਵੇਖਾਂਗੇ ਕੌਣ ਇੰਦਰਜੀਤ ਦੇ ਵੀਰ ਕਹਿੰਦੇ ਕੌਣ ਟਰਾਈ ਕਰਦਾ ਜੌਂਟੀ ਵਰਗੇ ਤਿਆਰ ਵਰ ਤਿਆਰ ਨੇ ਮੰਨਣਾ ਪੈਣਾ ਜੋ ਵੀ ਫੈਸਲਾ ਜਿਹੜਾ ਟੱਲ ਮੇਰੇ ਵੀਰੋ ਪੁਆਇੰਟ ਜਿਹੜਾ ਯੋਧਾ ਦੀ ਟੀਮ ਦੇ ਖੰਭ ਵਿੱਚ ਜੁੜ ਗਿਆ ਚੱਲ ਵੀ ਲੱਡੂ ਨੌਜਵਾਨਾਂ ਪਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਲਾਓ ਦੇਖਦੇ ਵੀ ਇਧਰਲੇ ਪਾਸੇ ਲੱਡੂ ਦੀ ਪਈ ਸੀ ਕਬੱਡੀ ਕਿ ਸੂਰਮਾ ਕਦੇ ਨੀ ਸਹਿ ਸਕਦਾ ਕਰ ਤੋਂ ਮਿਲੀਆਂ ਹਾਰਾਂ ਨੂੰ ਜਿਵੇਂ ਜੌਹਰੀ ਪਰਖਦਾ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਅੱਜ ਯਾਰ ਵੀ ਪਰਖੇ ਜਾ ਰਹੇ ਹੈ ਖੇਡ ਗਰਾਊਂਡ ਦੇ ਵਿੱਚ ਚੋਰ ਵੀ ਪਰਖੇ ਜਾ ਰਹੇ ਹੈ ਆ ਫੂਲਾ ਸ਼ੂਸ਼ਕ ਵਾਲਾ ਲੋ ਬੱਲੇ 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 ਹੋ ਗਈ ਮਿੱਤਰੋ ਆ ਦੇਖਦੇ ਗੁਰਨਾਮ ਦਾ ਪੇਂਡੂ ਆ ਬਿੱਟੂ ਦਾ ਪੇਂਡੂ ਦੇਖਦੇ ਹੈ ਕਬੱਡੀ ਦੇ ਮਾਸਟਰ ਫੂਲਾ 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 ਖੜ ਖੜ ਦੇਖਦੇ ਨੇ ਲੋਕੀ ਸਾਣ ਜੱਟ ਨੂੰ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ ਉਹ ਫੂਲੇ ਦਾ ਜੱਫਾ ਕਿਹਨੂੰ ਕਿਹਨੂੰ ਚੰਗਾ ਲੱਗਿਆ ਤਾੜੀ ਮਾਰ ਦਿਓ ਮੇਰੇ ਵੀਰਿਓ ਨੂੰ ਸਪਰੇ ਪੁੱਤੀ ਕਰ ਦਿਓ ਫਿਰ ਮੈਦਾਨ ਦੇ ਵਿੱਚ ਮੰਦਰ ਦੀ ਰੇਡ ਲਾਵੇ ਦਿਲੇ ਪਾਸੇ ਮੰਦਰ ਦੀ ਪੈਸੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਉਧਰਲੇ ਪਾਸੇ ਜੌਂਟੀ ਕਲਸੀਆਂ ਵਾਲਾ ਦੇ ਮੰਦਰ ਬੱਲੇ 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 ਉਹ ਬੱਲੇ 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 ਪਰ ਆਹ ਦੇਖਦੇ ਵੀ ਪੁਆਇੰਟ ਜਿਹੜਾ ਮੰਦਰ ਯੋਧਾ ਵਾਲਾ ਆਪਣੀ ਟੀਮ ਦੇ ਖੰਭ ਵਿੱਚ ਜੋੜਦਾ ਹੈ ਚੱਲ ਵੀ ਨੌਜਵਾਨਾਂ ਛੱਡਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਸ਼ੀਰੇ ਦਾ ਵੀਰ ਕਿਵੇਂ ਛਿੰਦਾ ਰੇਡ ਪਾ ਰਿਹਾ ਛਿੰਦੇ ਦੀ ਕਬੱਡੀ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਤਕੜਾ ਮੈਚ ਮੇਰੇ ਵੀਰਿਓ ਅੱਜ ਦੇ ਸਮੇਂ ਦਾ ਸੈਮੀ ਫਾਈਨਲ ਮੈਚ ਅਤੇ ਟੂਰਨਾਮੈਂਟ ਦਾ ਲਓ ਫੁੱਲਾ ਫਿਰ ਟਰਾਈ ਕਰ ਲਓ ਫਿਰੋਜ਼ਪੁਰੀ ਆ ਲੁਧਿਆਣੀਆ ਫਿਰੋਜ਼ਪੁਰੀ ਆ ਤੇ ਲੁਧਿਆਣੀਆ ਸਵਾਦ ਹੈ ਖੇਡ ਕਬੱਡੀ ਦਾ ਖੇਡ ਕਬੱਡੀ ਦਾ ਕਹਿੰਦੇ ਸਵਾਦ ਦਰਸ਼ਕਾਂ ਨੇ ਆਨੰਦ ਮਾਣਿਆ ਮੇਰੇ ਵੀਰਿਓ ਪੀਲੇ ਦੀ ਧਰਤੀ ਦਸਮੇਸ਼ ਸਟੇਟ ਸਟੇਡੀਅਮ ਪੀਲਾ ਜ਼ਿਲ੍ਹਾ ਲੁਧਿਆਣਾ ਐਂਡ ਜ਼ਿਲ੍ਹੇ ਬਰਨਾਲੇ ਵਾਲੇ ਪੀਲੇ ਦੀ ਗੱਲ ਹੁੰਦੀ ਹੈ ਰਿੰਕੂ ਮਿੰਟੂ ਉਹਨਾਂ ਦੀ ਕਿ ਨਹਿਰ ਦੇ ਕਿਨਾਰੇ ਜਿਹਨੂੰ ਪੀਲਾ ਪਿੰਡ ਕਹਿੰਦੇ ਨੇ
ਸਿਰ ਵੱਟੇ ਮੁੱਲ ਜਿੱਥੇ ਯਾਰੀਆਂ ਦੇ ਪੈਂਦੇ ਨੇ ਸਿਰ ਵਾਲੇ ਯਾਰੀਆਂ ਦੇ ਪੈਂਦੇ ਨੇ ਲਾਭ ਇਧਰਲੇ ਪਾਸੇ ਨਾਲ ਦੀ ਪੈਸੇ ਕਬੱਡੀ ਦੇ ਉੱਧਰ ਬਿੱਟੂ ਟਗਾਲ ਵੀ ਦਿੰਦਾ ਚਾਕੇ ਤੇ ਨਾ ਦੇਖਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਚੁੱਕੀ ਹੈ ਐਨ ਚਾਰ ਯਾਸੀ ਤੇ ਲਾ ਬਿੱਟੂ ਟਗਾਲ ਵਾਲਾ ਬੱਲੇ ਬੱਲੇ ਹੋ ਗਈ ਮਤੋ ਆ ਦੇਖਦੇ ਬੱਲੇ 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 ਵਾਹ ਐਨ ਸਵਾਦ ਕਬੱਡੀ ਦਾ ਉਹ ਜਿਹਨੂੰ ਜਿਹਨੂੰ ਦਿਲੋਂ ਸਵਾਦ ਆਉਂਦਾ ਇੱਕ ਵਾਰੀ ਖੁੱਲ ਕੇ ਤਾੜੀ ਬਾਬਾ ਜੀ ਦੇ ਨਾਂ ਤੇ ਮਾਰ ਦਿਓ ਮੇਰੇ ਵੀਰੋ ਐਨ ਨਜ਼ਾਰਾ ਵਧੀਆ ਪਿਆ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰੌਣਕਾਂ ਲੱਗੀਆਂ ਹੈ ਲਵ ਇਧਰਲੇ ਪਾਸੇ ਲੱਡੂ ਨੇ ਕਬੱਡੀ ਪਾ ਦਿੱਤੀ ਹੈ ਲੱਡੂ ਦੀ ਰੇਡ ਪੈ ਚੁੱਕੀ ਹੈ ਮੇਰੇ ਵੀਰੇ ਪਾਲੂ ਕਹਿੰਦਾ ਬਿੱਟੂ ਦੇ ਜੱਫੇ ਦਾ 500 ਦਾ ਮਾਣ ਕਰਾਂਗੇ ਨਾਲ ਲੱਡੂ ਦੁਗਾਲ ਵਾਲਾ ਕਹਿੰਦੇ ਰੇਡ ਪਾ ਰਿਹਾ ਪਾਤਰਾਂ ਦੇ ਏਰੀਏ ਦਾ ਦੁਗਾਲ ਪਿੰਡ ਆ ਤੇ ਜਨੇਤਪੁਰਾ ਕਹਿੰਦੇ ਜਗਰਾਵਾ ਸਿੱਧਵਾਂ ਬੇੜ ਦੇ ਏਰੀਏ ਦਾ ਪਿੰਡ ਲਾ ਬੱਲੇ 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 ਜਨੇਤਪੁਰੇ ਵਾਲਾ ਆਮਣਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ ਦੇ ਪੁਆਇੰਟ 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 ਯੋਧਾ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਸਿਮਰਜੀਤ ਵੱਲੋਂ ਜਨੇਤਪੁਰੀ ਆਮਣੇ ਦਾ ਮਾਣ ਸਨਮਾਨ 100 ਦੇ ਨਾਲ ਕੀਤਾ ਗਿਆ ਲਓ ਮੰਦਰ ਯੋਧਾ ਵਾਲਾ ਮੋਹਣੇ ਦਾ ਪੇਂਡੂ ਮੋਹਣੇ ਸੈਂਟਰ ਵਾਲਾ ਪੇਂਡੂ ਵਰਿੰਦਰ ਬਿੰਦੀ ਫਰੀਕਿਆਂ ਵਾਲਾ ਸੈਂਟਰ ਦੇ ਵਿੱਚ ਰਹਿੰਦਾ ਬਰੈਡੀ ਗਿੱਲ ਸੰਦੀਪ ਗੁਰਨੇ ਹੋਣੀ ਪਿੱਟੂ ਅੱਜ ਨਾਲ ਬਲਜੀਤ ਭੁੱਲਰ ਹੋਣੀ ਪੰਜਾਬ ਸਪੋਰਟਸ ਕਲੱਬ ਸੈਂਟਰ ਵਾਲੇ ਮਾਣ ਕਰਦੇ ਨੇ ਲਓ ਅਗਲੀਆਂ ਟੀਮਾਂ ਇਮਾਮਗੜ੍ਹ ਤੇ ਸੀਹਾਂ ਦੌਦ ਤੇ ਦੂਜੇ ਬੰਨੇ ਆਓ ਦਗਾਲੀਆ ਤੇ ਪਾਲੂ ਕਹਿੰਦਾ 500 ਦੇ ਮਾਣ ਨੇ ਲਵੀ ਪਾਲੂ ਦੇ ਕਹਿੰਦਾ 500 ਪਿੱਟੂ ਦਗਾਲ ਵਾਲ ਦੇ ਜੱਫੇ ਦਾ 500 ਆ ਪਾਲੂ ਬਾਈ ਵੱਲੋਂ ਪਾਲੂ ਆ ਜਾ ਕਿਹੜਾ ਪਾਲੂ ਬਾਈ ਵੱਲੋਂ ਕਹਿੰਦੇ ਪਿੱਟੂ ਦਗਾਲ ਦੇ ਜੱਫੇ ਦਾ 500 ਦਾ ਮਾਣ ਪੱਪੀ ਫੁੱਲਾਂ ਵਾਲੀਏ ਵੱਲੋਂ 100 ਦਾ ਮਾਣ ਲਓ ਸ਼ਿੰਦੇ ਦੀ ਰੇੜ ਖੇਡ ਮੈਦਾਨ ਦੇ ਵਿੱਚ ਸ਼ਿੰਦਾ ਕਬੱਡੀ ਪਾ ਰਿਹਾ ਬੋਪਾ ਰਾਵਾਂ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਜਨੇਤਪੁਰੇ ਵਾਲਾ ਅਮਨਾ ਉਧਰ ਵੀ ਬਰੋਬਰ ਦੀ ਭਾਜੀ ਬਰੋਬਰ ਦਾ ਵੰਜ ਕੱਢ ਦਿੱਤਾ ਨੌਜਵਾਨ ਗੱਭਰੂ ਨੇ ਕਿ ਜਦ 21 ਪਾਲੂ ਸ਼ਰੀਕ ਦੇ ਕੱਤੀ ਪਾਜੀ ਦਾ ਦੀਪੇ ਭਲਵਾਨ ਦੇ ਕਹਿੰਦੇ ਨਾਨਕੇ ਪਿੰਡ ਤੋਂ ਪੁੱਜਿਆ ਪਿੱਟੂ ਦੁਗਾਲ 500 ਦਾ ਮਾਣ ਕੀਤਾ ਦੀਪੇ ਭਲਵਾਨ ਦੀਪੇ ਨੇ ਸਾਡੇ ਵੀਰ ਨੇ ਦੀਪੇ ਭਲਵਾਨ ਨੇ ਜੱਫੇ ਦਾ ਕਹਿੰਦੇ 500 ਦਾ ਮਾਣ ਕੀਤਾ ਨਾਨਕੇ ਪਿੰਡ ਤੋਂ ਪੁੱਜਿਆ ਕਹਿੰਦੇ ਦੁਗਾਲ ਦੀ ਧਰਤੀ ਪਾਤੜਾਂ ਦਾ ਏਰੀਆ ਲਓ ਨਾੜ ਚੁੜ ਲਓ ਨਾੜ ਚੋੜ ਵੀ ਇਸ ਸਮੇਂ ਪੈਸੀ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰਲੇ ਪਾਸੇ ਦੇਖਦੇ ਬੱਲੇ ਬੱਲੇ ਭੋਗੀ ਮਿੱਤਰੋ ਜੋਂਟੀ ਨੌਜਵਾਨ ਕਹਿੰਦਾ ਮੈਨੂੰ ਛੱਡੋ ਮੈਂ ਡੱਕੂ ਪਰ ਆ ਦੇਖਦੇ ਹੈ ਪੁਆਇੰਟ ਜਿਹੜਾ ਨਾੜ ਚੋੜ ਯੋਧਾ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਬੈਟਰੀ ਚੇਂਜ ਕਰ ਦਿਓ ਮੇਰੇ ਵਾਲੇ ਮੈਕ ਦੀ ਚੱਲ ਵੀ ਨੌਜਵਾਨਾਂ ਲੱਡੂ ਦੀ ਰੇਡ ਲੱਡੂ ਦੀ ਰੇਡ ਹੈ ਲੱਡੂ ਕਹਿੰਦੇ ਕਬੱਡੀ ਪਾਉਣਾ ਖੇਡਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਹੁਣ ਤਕੜਾ ਸੰਘਰਸ਼ ਜਾਰੀ ਇਮਾਮਗੜ੍ਹ ਤੇ ਸੀਹਾਂ ਦੌਦ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲੱਡੂ ਤੇ ਕਬੱਡੀ ਦਾ ਇਹ ਆ ਜਨੇਤਪੁਰੀ ਆ ਨੌਜਵਾਨ ਐਨ ਤਗੜਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ ਦੀ ਹੋਰ ਵਾਧਾ ਕਰ ਗਿਆ ਹੈ ਰਾਜ ਇਹ ਗੱਲ ਹੋ ਗਈ ਕਿ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜਕੀ ਸਰੀਰਾਂ ਵਾਲੀ ਕੰਡ ਮਿੱਤਰੋ ਐਨ ਕਹਿੰਦੇ ਤਕੜਾ ਮੈਚ ਹੈ ਪਾਲੂ ਕਹਿੰਦਾ ਬਿੱਟੂ ਦੇ 500 ਦਾ ਹੋਰ ਮਾਣ ਕਰਾਂਗੇ ਬਾਈ ਬੈਟਰੀ ਮੇਰੇ ਵਾਲੇ ਮੈਕ ਦੀ ਚੇਂਜ ਕਰ ਦਿਓ ਲਾਓ ਯੋਧਾ ਵਾਲਾ ਮੰਦਰ ਰੇਡ ਪਾਵਾ ਧਰਨ ਦੇ ਪਿੰਡ ਦਾ ਮਾਣਕ ਦੇ ਪਿੰਡ ਦਾ ਹੁਣ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਕੋਕੀ ਦੇ ਪਿੰਡ ਦਾ ਪਰ ਦੂਜੇ ਬੰਨੇ ਰਾਜਾ ਘੋੜਾ ਪੁਆਇੰਟ ਕਹਿੰਦੇ ਯੋਧਾ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਆਇਆ ਤਕੜਾ ਮੈਚ ਮੇਰੇ ਵੀਰਿਓ ਉਹ ਬਾਈ ਛੱਤੇ ਦਿਲੋਂ ਤਾੜੀ ਮਾਰਦਾ ਮੈਚ ਚੰਗਾ ਲੱਗਦਾ ਧੰਨਵਾਦ ਲਾਂਬੇ ਦਰਲੇ ਪਾਸੇ ਛਿੰਦੇ ਨੇ ਕਬੱਡੀ ਪਾਤ ਦੀ ਖੇਡ ਮੈਦਾਨ ਦੇ ਵਿੱਚ ਪੈਸੇ ਕਬੱਡੀ ਹੈ ਚਾਰ ਯਾਸਿਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਸਗਬਰੂ ਦਾ ਪਿਆਉ ਦਿਖਦੇ ਉਧਰਲੇ ਪਾਸੇ ਨੌਜਵਾਨ ਦੇਖਦੇ ਕਿੰਨੀ ਯੋਧਾ ਵਾਲਾ ਤੇ ਦੇਖਦੇ ਫੈਸਲਾ ਡੱਲ ਬੋਲਣਾ ਨਹੀਂ ਮੇਰੇ ਵੀਰੋ ਜੋ ਵੀ ਫੈਸਲਾ ਡੱਲ ਹੋਵੇਗਾ ਕਿਹਦਾ ਕਿਹਦਾ ਪੁਆਇੰਟ ਕਿਹਦੇ ਵੱਲ ਹੋਵੇਗਾ ਸੁੱਖਾਂ ਤਾਖਿਆਂ ਵਾਲਾ ਦੱਸਦਾ ਹੈ ਵੀ ਪੁਆਇੰਟ ਜਿਹੜਾ ਸਮੇਂ ਪੁਆਇੰਟ ਜਿਹੜਾ ਕਲਸੀਆਂ ਦੀ ਟੀਮ ਦੇ ਖੱਤ ਵਿੱਚ ਜੁੜ ਗਿਆ ਹੈ ਚੱਲ ਵੀ ਨਾਟ ਨੌਜਵਾਨਾਂ ਪਾਗ ਲਈ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਮੈਚ ਹੋਣਗੇ ਟਿਕਾਣੇ ਜਦ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂੰਗਾ ਪਾਣੀ ਉਹ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿੱਤਰੂ ਬਣੇ ਮੈਂ ਖਾਣੀ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿੱਤਰੂ ਬਣੇ ਮੈਂ ਖਾਣੀ ਲਓ ਕੁਲਵੀਰ ਸਿੰਘ ਨੂਰਪੁਰੇ ਵਾਲਾ ਮੇਰੇ ਵੀਰਿਓ ਰੁੜਕਾ ਦੀ ਟੀਮ ਦਾ ਖਿਡਾਰੀ ਮੇਰੇ ਵੀਰਿਓ ਪਾਵਾਂ ਕਬੱਡੀ ਖੇਡ ਮੈਦਾਨ ਦੇ ਵਿੱਚ ਯੂਨਿਟੀ ਵਰਗੇ ਲਓ ਯੂਨਿਟੀ ਤੇ ਡਬਲ ਟੱਚ ਹੋ ਗਿਆ ਤੇ ਪੁਆਇੰਟ ਜਿਹੜਾ
ਐਨ ਕਹਿੰਦੇ ਵੀ ਨਾੜ ਝੋਟ ਨੂੰ ਦੇ ਦਿੱਤਾ ਗਿਆ। ਲੱਡੂ ਦੁਗਾਲ ਵਾਲਾ ਮੁੜਕੋ ਮੁੜਕੀ ਹੋ ਗਿਆ, ਕਹਿੰਦੇ ਜ਼ੋਰ ਚੋਪਰਾਂ ਦਾ ਖੇਡ ਮੈਦਾਨ ਦੇ ਵਿੱਚ ਮੁੜਕੋ ਮੁੜਕੀ ਹੋਇਆ ਪਿਆ ਸਰੀਰ ਕਹਿੰਦੇ ਖਿਡਾਰੀਆਂ ਦਾ। ਐਨ ਜਨਵਰੀ ਦੀ ਕਹਿੰਦੇ 28 ਤਰੀਕ ਆ, ਠੰਡ ਵੀ ਬਹੁਤ ਆ ਮੇਰੇ ਵੀਰੋ। ਖੇਡ ਮੈਦਾਨ ਦੇ ਵਿੱਚ ਕਹਿੰਦੇ ਜ਼ੋਰ ਵੀ ਸ਼ਰਮਾਨਾ ਖਿਡਾਰੀਆਂ ਦਾ, ਵਾਲਾ ਫੂਲਾ ਸ਼ੂਸ਼ਕ ਵਾਲਾ ਆਹ ਦਿਖ ਰਿਹਾ। ਕਬੱਡੀ ਦੇ ਮਾਸਟਰ ਸੁੱਖੇ ਨੇ ਬਰੀਕੀਆਂ ਦੱਸੀਆਂ ਤੇ ਆਹ ਦਿਖ ਰਹੀ ਅਫਾ ਲਾ ਗਿਆ। ਗੁਰਨਾਮ ਸੰਧੂ ਦੇ ਪੇਂਡੂ ਹੈ ਨੌਜਵਾਨ, ਬਿੱਟੂ ਡਾਕਟਰ ਦਾ ਪੇਂਡੂ ਹੈ। ਉਹ ਜਿਹਨੂੰ ਜਿਹਨੂੰ ਸਮਾਨ ਆਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਜਕਾਰਾ ਲਾ ਦੇ, ਬੋਲੋ ਸੋਨਹਾਰ ਸ੍ਰੀ ਅਕਾਲ। ਜਨੇਤਪੁਰੀਏ ਅਮਨੇ ਦਾ ਤੇ ਬਿੱਟੂ ਦੁਗਾਲ ਦਾ ਹਾਂਜੀ ਮੰਦਰ ਜੋਧਾ ਵੱਲ ਦਾ ਮਾਣ ਸਨਮਾਨ ਕੀਤਾ ਜਾਣਾ। ਹਾਂਜੀ ਜੱਸਾ ਜਲਾਲ ਜੀ, ਬਿੱਟੂ ਦੁਗਾਲ ਜੀ ਵਿਸ਼ੇਸ਼ ਸਨਮਾਨ ਜਿਹੜਾ ਹੋਵੇਗਾ ਮੰਦਰ ਯੋਧਾ। ਬਿੱਟੂ ਦੁਗਾਲ ਜਨੇਤਪੁਰੀ ਆਵਣਾ ਤੇ ਮੰਦਰ ਜੋਧਾ ਆਪਣੇ ਮਾਣ ਸਨਮਾਨ ਲੈ ਲੈਣ। ਜਨੇਤਪੁਰੀ ਆਵਣੇ ਦਾ ਮੇਰੇ ਕੋਲ ਮਾਣ ਸਨਮਾਨ 100 ਦਾ,